ਤੁਸੀਂ ਮੇਲੇ ਦੀ ਕਵਰੇਜ ਕਰਾਉਣ ਵਾਸਤੇ ਸਾਡੇ ਸਕਰੀਨ 'ਤੇ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰ ਸਕਦੇ ਹੋ 9988720710। ਡਾਇਰੈਕਟਰ ਦਿਲ ਦੇ ਸਤਾਰਾਂ ਵਾਲਾ ਹਰਪਾਲ ਮਿਊਜ਼ਿਕ ਦੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਅਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਦੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਥੈਂਕਸ ਫੋਰ ਯੂ ਵਾਚਿੰਗ ਮਾਈ ਚੈਨਲ। ਦਾਤਾ ਤੇ ਭਗਤ ਸੂਰ ਨੇ ਚਾਹੁੰਦੇ ਜਗ ਰਹਿੰਦੇ ਨੇ, ਮਣੀਆਂ ਤੇ ਮੇਲੇ ਲੱਗਦੇ, ਲੋਕੀ ਤੋਂ ਲੈਂਦੇ ਨੇ। ਮੈਂ ਧੰਨਵਾਦੀ ਹਾਂ ਸਮੁੱਚੀ ਮੇਲਾ ਪ੍ਰਬੰਧਕ ਕਮੇਟੀ ਦਾ, ਜਿਹਨਾਂ ਨੇ ਐਡਾ ਵੱਡਾ ਉਪਰਾਲਾ ਕੀਤਾ। ਉਸ ਤੋਂ ਬਾਅਦ ਧੰਨਵਾਦੀ ਹਾਂ ਮੇਰੇ ਬਹੁਤ ਹੀ ਪਿਆਰੇ ਵੀਰ ਬਾਈ ਸੁੱਚਾ ਚਮਕੀਲਾ, ਜਿਹਨੇ ਭਰਾ ਨੇ ਇਸ ਮੇਲੇ ਦਾ ਮੁੱਢ ਮੰਨਿਆ, ਬੜੀ ਤਪੱਸਿਆ ਕੀਤੀ ਕਈ ਸਾਲਾਂ ਤੋਂ। ਬਾਈ ਦਾ ਬਹੁਤ ਧੰਨਵਾਦ ਹੈ ਮੈਨੂੰ ਮੌਕਾ ਦਿੱਤਾ। ਮੈਂ ਗਵਾਣਾ ਜਿਹਾ ਕਲਾਕਾਰ ਹਾਂ ਬਾਈ ਅਮਰਤ ਖੋਸਾ, ਤੁਹਾਡਾ ਲੋਕਲ, ਤੁਹਾਡੇ ਸ਼ਹਿਰ ਦਾ ਅਨੂਪਗੜ੍ਹ ਦਾ ਹੀ ਹਾਂ। ਬਾਈ ਸੁਦਾਗਰ ਖਾਨ ਅਤੇ ਭੈਣ ਜੀ ਆਪਣੀ ਰੇਖਾ ਸਰਾ ਬਹੁਤ ਵੱਡੇ ਗਾਇਕ ਹੈ, ਇਹਨਾਂ ਨੂੰ ਵਿਰਾਸਤ ਦੇ ਵਿੱਚ ਗਾਇਕੀ ਮਿਲੀ ਹੈ। ਐਡੇ ਵੱਡੇ ਫਨਕਾਰਾਂ ਤੋਂ ਬਾਅਦ ਮੇਰੇ ਵਰਗੇ ਨਾਚੀਜ਼ ਕਲਾਕਾਰ ਨੇ ਗਾਉਣਾ, ਥੋੜ੍ਹਾ ਦਬਾਅ ਮਹਿਸੂਸ ਹੋ ਜਾਂਦਾ, ਜਿਵੇਂ ਇੱਕ ਕ੍ਰਿਕੇਟਰ ਦਬਾਅ ਦੇ ਵਿੱਚ ਬੱਲੇਬਾਜ਼ੀ ਨਹੀਂ ਨਾ ਕਰ ਸਕਦਾ, ਉਸੇ ਤਰ੍ਹਾਂ ਹੀ ਵਧੀਆ ਕਲਾਕਾਰ ਗਾਉਣ ਤੋਂ ਬਾਅਦ ਇੱਕ ਪ੍ਰੈਸ਼ਰ ਪੈ ਜਾਂਦਾ। ਹਾਂਜੀ, ਲਿਖਣਾ ਗਾਉਣਾ ਮਾਂ ਸਰਸਵਤੀ ਦੇ ਹੁੰਦੀ ਹੈ। ਤੂੰ ਹੀ ਸਰਸਵਤੀ ਗਾਇਤਰੀ ਵੇਦ ਮਾਤਾ, ਚਾਰੋਂ ਧਾਮ ਦੇ ਸਰਬ ਸਿੱਧ ਪੀਠ ਮਾ, ਨਾਦਰ ਦੇ ਘਰ ਵਾਲੀ ਸੋਚਦੀ ਹੈ ਵੀ ਇਹ ਛੱਡਦਾ ਤਾਂ ਹੈ ਨਹੀਂ, ਇਹ ਕੀ ਚੀਜ਼ ਹੈ, ਮੈਂ ਚੈੱਕ ਕਰਕੇ ਵੇਖਾਂ। ਉਹਨੇ ਡਰਦੀ ਡਰਦੀ ਨੇ ਦੋ ਪਿੰਗ ਲਾ ਕੇ ਉੱਤੋਂ ਫੱਟ ਕਾ ਲਈ। ਜਦੋਂ ਨਾਦਰ ਘਰੇ ਆਇਆ, ਬਾਈ ਰੋਟੀ ਨਾ ਟੁੱਕ, ਨਾ ਕੋਈ ਪਸ਼ੂਆਂ ਦੇ ਪੱਠੇ ਨਹਿਣਾ ਨਾ ਦੇਣਾ, ਡੱਕੀ ਫਿਰਦੀ ਹੈ ਤੇ ਪਾਉਂਦੀ ਹੈ ਬੋਲੀਆਂ, ਕਹਿੰਦੀ ਉਹਦੇ ਨਾਲ ਆਹ ਕੀ ਮੰਗਾ, ਕਹਿੰਦਾ ਜਿੱਟਾ ਜਿਹੜੀ ਤੇਰੇ ਵਾਲੀ ਪਈ ਸੀ ਨਾ ਉਹ ਅੱਜ ਮੈਂ ਲਾ ਲਈ ਹੈ। ਹੁਣ ਤੁਸੀਂ ਨਾਦਰ ਦੇ ਘਰ ਵਾਲੀ ਕਿਵੇਂ ਜਵਾਬ ਦਿੰਦੀ ਹੈ ਨਾਦਰ ਨੂੰ ਗੀਤ ਰਾਹੀਂ? ਛੱਡੇ ਨਾ ਸ਼ਰਾਬ, ਤੈਨੂੰ ਕਿੰਨਾ ਸਮਝਦਾ ਲਿਆ,
ਤਾੜੀ ਮਾਰ ਦਿਓ ਚੰਗਾ ਲੱਗਦਾ।